कोरोना वायरस ਨੂੰ ਲੈ ਕੇ ਮਿੱਥਾਂ ਦੀ ਪਰਮਾਰ ਹੈ ਇਸ ਜਾਨਲੇਵਾ ਬਿਮਾਰੀ ਨੂੰ ਲੈ ਕੇ ਲੋਕਾਂ ਵਿੱਚ ਜਿੱਥੇ ਖੌਫ ਹੈ ਉੱਥੇ ਹੀ ਪਰੰਪਲੇਖੇ ਵੀ ਫਲਾਏ ਜਾ ਰਹੇ ਨੇ ਹੁਣ ਇਲਾਜ ਕਰਵਾ ਕੇ ਬਿਲਕੁਲ ਸਿਹਤਯਾਬ ਹੋ ਚੁੱਕੇ ਦਿੱਲੀ ਦੇ ਮਿਊਰ ਬਿਹਾਰ ਦੇ ਇਸ ਸ਼ਖਸ ਨੇ ਇਸ ਬਿਮਾਰੀ ਨੂੰ ਲੈ ਕੇ ਫਲਾਏ ਜਾ ਰਹੇ ਹਰ ਪਰੰਪਲੇਖੇ ਨੂੰ ਤੋੜਿਆ ਹੈ ਅਰੇ 14 ਦਿਨਾਂ ਦੇ ਇਲਾਜ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਧਰਮ ਵਿੱਚ ਆਸਥਾ ਇਸ ਦਰਮਿਆਨ ਵਧੀ ਹੈ ਪੇਸ਼ੇਵਰਜੋਂ ਇੱਕ ਬਿਜ਼ਨਸਮੈਨ ਇਸ ਸ਼ਖਸ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਅਰੇ 14 ਦਿਨਾਂ ਦੇ ਇਲਾਜ ਤੋਂ ਬਾਅਦ ਹੁਣ ਉਹ ਲੰਘੇ ਸ਼ਨੀਵਾਰ ਨੂੰ ਹਸਪਤਾਲ ਤੋਂ ਕਰਪ ਪਾਈ ਹੱਥ ਹੁਣ ਦਾ ਕਹਿਣਾ ਕਿ ਇਲਾਜ ਤੋਂ ਬਾਅਦ ਹੁਣ ਮੈਂ ਵੱਧ ਧਾਰਮਿਕ ਹੋ ਚੁੱਕਾ ਹਾਂ ਮੈਨੂੰ ਇੱਕ ਵੱਖਰੇ ਕਮਰੇ ਵਿੱਚ ਰੱਖਿਆ ਗਿਆ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਸੀ ਡਾਕਟਰਾਂ ਵੱਲੋਂ ਮੇਰੀ ਪੂਰੀ ਖੇਦਮਤ ਕੀਤੀ ਗਈ ਮੇਰੀ ਉਹ ਹਰ ਸ਼ਖਸ ਨੂੰ ਅਪੀਲ ਹੈ ਕਿ ਜਿਸ ਨੂੰ ਲੱਗਦਾ ਹੈ ਕਿ ਉਸ ਨੂੰ ਇਸ ਜਾਲਨੇਬਾ ਬਿਮਾਰੀ ਦੇ ਲੱਛਣ ਹਨ ਤੋ ਘਰ ਵਿੱਚ ਬੈਠਣ ਦੀ ਥਾਂ ਤੁਰੰਤ ਹਸਪਤਾਲ ਪਹੁੰਚ ਆਪਣਾ ਇਲਾਜ ਕਰਵਾਏ ਅਜੇ ਹਾਨਾ ਕਰਕੇ ਉਹ ਆਪਣੇ ਪਰਿਵਾਰ ਦਾ ਵੀ ਨੁਕਸਾਨ ਕਰਨਗੇ ਇਸ ਸ਼ਖਸ ਦਾ ਕਹਿਣਾ ਹੈ ਕਿ ਉਹ 25 ਫਰਵਰੀ ਨੂੰ ਇਟਲੀ ਤੋਂ ਵਾਪਸ ਪਰਤੇ ਆ ਅਤੇ ਰਾਤ ਵੇਲੇ ਉਸ ਨੂੰ ਬੁਖਾਰ ਹੋ ਗਿਆ 26 ਫਰਵਰੀ ਦੀ ਸਵੇਰ ਉਸਨੇ ਲੋਕ ਡਾਕਟਰ ਕੋਲੋਂ ਬੁਖਾਰ ਦੀ ਦਵਾਈ ਲਈ 28 ਫਰਵਰੀ ਨੂੰ ਉਸਦੇ 12 ਸਾਲ ਦੇ ਪੁੱਤਰ ਦਾ ਜਨਮ ਦਿਨ ਸੀ ਅਤੇ ਸੌ ਦਿੱਲੀ ਦੇ ਇੱਕ ਲਗਜ਼ਰੀ ਹੋਟਲ ਵਿੱਚ ਉਹਨਾਂ ਵੱਲੋਂ ਇੱਕ ਪਾਰਟੀ ਆਰਗੇਨਾਈਜ਼ ਕੀਤੀ ਗਈ। ਉਸ ਦਾ ਕਹਿਣਾ ਹੈ ਕਿ ਇਸ ਪਾਰਟੀ ਵਿੱਚ ਮੇਰੀ ਪਤਨੀ 8 ਸਾਲ ਦੀ ਬੱਚੀ ਅਤੇ ਮੇਰੀ ਮਾਂ ਸ਼ਾਮਲ ਸੀ ਅਤੇ ਕੁਝ ਖਾਸ ਦੋਸਤ ਵੀ ਸਨ। ਚੰਗੀ ਗੱਲ ਇਹ ਰਹੀ ਕਿ ਸਾਰੇ ਨੈਗੇਟਿਵ ਆਏ ਗਏ। ਉਸ ਦਾ ਕਹਿਣਾ ਹੈ ਕਿ ਮੇਰੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਮੈਨੂੰ ਦਿੱਲੀ ਦੇ ਸਬਦਰਜੰਗ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ। ਮੈਨੂੰ ਫੋਨ ਲੈ ਜਾਣ ਦੀ ਇਜਾਜ਼ਤ ਸੀ ਸੋ ਆਪਣੇ ਪਰਿਵਾਰ ਨਾਲ ਵੀਡੀਓ ਕਾਲ ਜ਼ਰੀਏ ਕਨੈਕਟ ਸੀ। ਦਰਦ ਨੇ ਪੂਰੀ ਦੁਨੀਆ ਨਾਲ ਸਿੱਧੇ ਕੱਟੇ ਰਹਿਣ ਕਾਰਨ ਮੈਨੂੰ ਅਜੀਬ ਲੱਗ ਰਿਹਾ ਸੀ ਇਸ ਦੌਰਾਨ ਮੈਂ ਧਰਮ ਦੇ ਹੋਰ ਵੀ ਨੇੜੇ ਹੋਇਆ ਮੈਂ ਭਜਨ ਸੁਣਦਾ ਸੀ ਯੋਗਾ ਕਰਦਾ ਸੀ ਜਿਸ ਨੇ ਮੈਨੂੰ ਤਾਕਤ ਦਿੱਤੀ ਅਤੇ ਮੈਂ ਹੁਣ ਚੰਗਾ ਪੜਾ ਆਪਣੇ ਪਰਿਵਾਰ ਵਿੱਚ ਪਰਤਿਆ ਹਾਂ ਤੇ ਗਲੋਬਲ ਐਡਵਾਈਸ ਓਵਰਸੀਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਿਆਂ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에어ਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ